ਫਿਰੋਜ਼ਪੁਰ ਦੇ ਪਿੰਡ ਦੁਲਚੀਵਾਲਾ ਵਿੱਚ ਮੇਲੇ ਦੌਰਾਨ ਚੂਲਾ ਚੂੜ ਰਹੇ 16 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ। ਦੱਸਣ ਯੋਗ ਹੈ ਕਿ ਪਿੰਡ ਦੁਲਚੀਕੇ ਵਿਖੇ ਲੱਗੇ ਮੇਲੇ ਦੌਰਾਨ ਪਿੰਡ ਕਾਲੂਵਾਲਾ ਦਾ ਅਮਨਦੀਪ ਸਿੰਘ ਉਮਰ 16 ਸਾਲ ਆਪਦੇ ਸਾਥੀਆਂ ਦੇ ਨਾਲ ਚੂਲਾ ਚੂਲ ਰਿਹਾ ਸੀ ਤਾਂ ਅਚਾਨਕ ਚੂਲੇ ਦੀ ਰੱਸੀ ਉਸਦੇ ਸਿਰ ਦੇ ਵਿੱਚ ਫਸ ਗਈ। ਗਲੇ ਦੇ ਵਿੱਚ ਜਦ ਰੱਸੀ ਫਸ ਜਾਂਦੀ ਹੈ ਤਾਂ ਅਚਾਨਕ ਉਸਦੀ ਜਿਹੜੀ ਹੈ ਚੂਲਾ ਚੂਲਣ ਦੌਰਾਨ ਬੇਹੋਸ਼ ਹੋ ਜਾਂਦਾ ਤੇ ਉਸ ਨੂੰ ਫਿਰੋਜ਼ਪੁਰ ਦੇ ਹਸਪਤਾਲ ਲਿਆ ਜਾਂਦਾ ਜਿਸ ਤੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ ਜਾਂਦਾ ਹੈ। ਮ੍ਰਿਤਕ ਦੇ ਪਰਿਵਾਰਾਂ ਨੇ ਇਹ ਵੀ ਦੱਸਿਆ ਕਿ ਉਹਨਾਂ ਦਾ ਬੇਟਾ ਪਿੰਡ ਕਾਲੂਵਾਲਾ ਤੋਂ ਦੁਲਚੀਵਾਲੇ ਮੇਲਾ ਦੇਖਣ ਆਇਆ ਸੀ ਤੇ ਬੀਤੀ ਸ਼ਾਮ ਅਚਾਨਕ ਲੜਕੇ ਦੀ ਚੂਲਾ ਚੁੱਲਣ ਦੇ ਕਾਰਨ ਮੌਤ ਹੋ ਗਈ ਹੈ ਤੇ ਚੂਲਾ ਚਾਲਕ ਮੌਕੇ ਤੋਂ ਫਰਾਰ ਵੀ ਦੱਸਿਆ ਜਾ ਰਿਹਾ। ਦੂਸਰੇ ਪਾਸੇ ਪੁਲਿਸ ਨੇ ਇਸ ਹਾਦਸੇ ਸੰਬੰਧੀ ਦੱਸਿਆ ਕਿ ਮ੍ਰਿਤਕ 16 ਸਾਲਾ ਅਮਨਦੀਪ ਸਿੰਘ ਦੁਲਚੀਕੇ ਆਇਆ ਸੀ ਮੇਲਾ ਵੇਖਣ ਜਿਸ ਕਾਰਨ ਉਹਨਾਂ ਦੇ ਪਰਿਵਾਰ ਦੇ ਬਿਆਨਾਂ ਤੇ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਕੀ ਕਹਿਣਾ ਹੈ ਮ੍ਰਿਤਕ ਦੇ ਪਿਤਾ ਜਗਿੰਦਰ ਸਿੰਘ ਦਾ ਅਤੇ ਮ੍ਰਿਤਕ ਦੇ ਭਾਈ ਮੰਗਲ ਸਿੰਘ ਦਾ। ਇਸ ਤੋਂ ਇਲਾਵਾ ਮ੍ਰਿਤਕ ਕਰਨਦੀਪ ਸਿੰਘ ਦੇ ਤਾਇਆ ਨੇ ਕੀ ਕਿਹਾ ਤੇ ਜਾਂਚ ਅਧਿਕਾਰੀ ਕੀ ਗੱਲ ਕਹਿ ਰਿਹਾ ਦੇਖਿਓ ਇਹ ਖਾਸ ਰਿਪੋਰਟ। ਜਗਿੰਦਰ ਸਿੰਘ ਮੇਰਾ ਨਾਮ ਕਾਲੂ ਵਾਲੇ ਪਿੰਡ ਦੇ ਹੋਇਆ ਕੀ ਹੈ ਕੱਲ ਕਿਵੇਂ ਅਸੀਂ ਮੇਲੇ ਤੇ ਆਏ ਸੀ ਦੁਲਚੀ ਦੇ ਤੇ ਅੱਗੇ ਵੀ ਆਏ ਯਾਰ ਸਾਲੇ ਤੇ ਮੈਂ ਵੀ ਨਾਲ ਹੀ ਤੇ ਮੇਰਾ ਮੁੰਡਾ ਉੱਤੇ ਚੜ ਗਿਆ ਵੀ ਆਉਂਦਾ ਮੈਂ ਡੈਡੀ ਉੱਠੇ ਲੈ ਲਵਾਂ ਮੈਂ ਰਹਿਣ ਦੇ ਪਹਿਲੀ ਗੱਲ ਅੱਗੇ ਕਦੇ ਨਹੀਂ ਚੜਾਂ ਤੇ ਪਹਿਲਾਂ ਮੱਠਾ ਉਹਨੇ ਚਲਾਈ ਰੱਖਿਆ ਬੇੜਾ ਕਦੋਂ ਦੂਜੇ ਕਹਿੰਦੇ ਨਾਲ ਦੇ ਆਉਂਦੇ ਸਾਡੇ ਪੈਸੇ ਅਜੇ ਪੂਰੇ ਨਹੀਂ ਹੋਏ ਫਿਰ ਉਹਨੇ ਜੂਲਾ ਜ਼ੋਰ ਦੀ ਫਿਰ ਤੇਜ਼ ਇੰਨਾ ਉਹਨੇ ਛੱਡਿਆ ਫਿਰ ਗੁੱਸੇ 'ਚ ਆ ਕੇ ਤੁਹਾਡੇ ਪੈਸੇ ਹੁਣ ਮੈਂ ਪੂਰੇ ਕਰਾਂਗਾ ਉੱਤੋਂ ਅੜ ਗਿਆ ਰੱਸਾ ਫਿਰ ਉਹ ਤੱਕ ਜੇ ਉੱਤੋਂ ਰੱਸਾ ਅੜ ਗਿਆ ਦੋ ਤਿੰਨ ਮੁੰਡੇ ਥੱਲੇ ਆ ਪਏ ਤੇ ਮੈਂ ਭੱਜਿਆ ਵੀ ਆਹਦਾ ਮੁੰਡਾ ਡਿੱਗ ਪਿਆ ਮੈਂ ਉਹਨੂੰ ਰੋਲਾ ਬੜਾ ਪਾ ਕੇ ਉਹ ਜੂਲੇ ਥੱਲੇ ਆ ਗਿਆ ਜਿਹੜਾ ਬੇੜਾ ਚੱਲਦਾ ਅਸੀਂ ਕਰਕੇ ਉਹਦੇ ਥੱਲੇ ਆ ਗਿਆ ਫਰਸ਼ 'ਤੇ ਵੱਜਿਆ ਪੱਕੇ ਟਰਾਲੇ 'ਤੇ ਵੱਜਿਆ ਅਸੀਂ ਗਰੀਬ ਬਹੁਤ ਘਰ ਹੈਗੇ ਹਾਂ। ਬੱਚੇ ਦੀ ਤੇਰੇ ਦੀ ਉਮਰ ਕਿੰਨੀ ਸੀ ਤੇ ਕੀ ਨਾਮ ਸੀ? ਮਨਦੀਪ ਨਾਮ। ਉਮਰ ਕਿੰਨੀ ਕੁ ਸੀ? 16 ਸਾਲ। ਤੇ ਫਿਰ ਉਹਦੀ ਡੈਥ ਹੋ ਗਈ ਉੱਥੇ? ਹਾਂਜੀ ਅਸੀਂ ਲਿਆਂਦਾ ਫਿਰ ਬਾਗੀ ਵਿੱਚ ਪੰਜਾਬ ਜੋ ਕਿ ਲਿਆਂਦਾ ਤੇ ਬਾਗੀ ਸਾਜ ਤੇ ਆ ਕੇ ਤੇ ਬਾਕੀ ਮੁੰਡੇ ਕਿੱਧਰ ਗਏ ਪਤਾ ਲੱਗਾ ਉਹਨਾਂ ਦਾ? ਕਿਹੜੇ ਨਾਲ ਹੈਗੇ ਸੀ? ਹਾਂ ਨਾਲ ਉਹ ਦੂਜੇ ਟਰੈਕਟਰ ਆਏ ਉਹ ਆਏ ਕੋਈ ਨਹੀਂ ਆਏ ਮਗਰ ਸਾਡੇ ਇਹ ਕਹਿੰਦੇ ਤੋਂ ਡਿੱਗਾ ਕੋਈ ਮਗਰ ਹੀ ਨਹੀਂ ਆਏ ਸਾਡੇ। ਕੀ ਮੰਗ ਕਰਦੇ ਹੋ? ਮੰਗ ਸਾਡੀ ਇਹ ਗਰੀਬ ਬੰਦੇ ਹੈਗੇ ਕਿਵੇਂ ਬੰਦੇ ਆਕਦੇ ਉਵੇਂ ਕਰ ਲਵਾਂਗੇ ਸਾਡਾ ਮੁੰਡਾ ਤਾਂ ਵਾਪਸ ਨਹੀਂ ਮੁੜਨਾ। ਮੇਰੇ ਬ੍ਰਦਰ ਆ ਮੇਰਾ ਨਾਮ ਮੰਗਲ ਸਿੰਘ ਪਿੰਡ ਕਾਲੂਵਾਲੇ ਤੋਂ ਅਤੇ ਕੱਲ੍ਹ ਮੇਲੇ ਦੌਰਾਨ ਉਹਨਾਂ ਦੀ ਡੈਥ ਹੋਈ ਸੀ ਚੂਲੇ ਤੋਂ। ਕਿੰਨੀ ਉਮਰ ਆ ਮੁੰਡੇ ਦੀ? ਕਿਹੜੀ ਕਲਾਸ 'ਚ ਪੜ੍ਹਦਾ? 16 ਸਾਲ ਉਮਰ ਆ ਅਤੇ 9ਵੀਂ 'ਚ ਪੜ੍ਹਦਾ ਪਿੰਡ ਗੱਡੀ ਰਾਜ। ਅਤੇ ਕੋਈ ਡੈਥ ਹੋਣ ਦਾ ਕੋਈ ਕਾਰਨ ਨਹੀਂ ਪਤਾ ਲੱਗਾ ਕਿਵੇਂ ਕੀ ਹੈ? ਡੈਥ ਇਹੀ ਸੀ ਵੀ ਚੂਲੇ ਤੋਂ ਚੂਲ ਰਹੇ ਸੀ ਅਤੇ ਮਾਲਕ ਜਾਣੇ ਪਤਾ ਨਹੀਂ ਉੱਥੋਂ ਡਿੱਗ ਕੇ ਡੈਥ ਹੋਈ ਉੱਪਰੋਂ ਬੇੜੀ ਚੜ ਗਈ ਉਹਦੇ ਉੱਪਰ। ਅਤੇ ਇਹਦੇ ਬਾਰੇ ਕੋਈ ਪੁਲਿਸ ਨੇ ਸ਼ਿਕਾਇਤ ਕੀਤੀ ਹੈ ਜੀ? ਪੁਲਿਸ ਕਾਰਵਾਈ ਕਰ ਰਹੀ ਆਪਣੀ ਬਣਦੀ ਕਾਰਵਾਈ ਉਹਨਾਂ ਵੱਲੋਂ ਕਾਰਵਾਈ ਹੋ ਰਹੀ। ਅਤੇ ਕੋਈ ਜਿਹੜੇ ਝੂਠੇ ਵਾਲੇ ਮਾਲਕ ਮੁਲਕ ਸੀਗੇ ਉਹ ਕਿੱਧਰ ਚਲੇ ਗਏ? ਉਹ ਚਲੇ ਗਏ, ਉਹ ਨਾਲ ਦੀ ਨਾਲ ਹੀ ਆਪਣਾ ਪੈਕਿੰਗ ਕਰਕੇ ਸਮਾਨ ਚਲੇ ਗਏ ਪਿੱਛੇ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ ਭਾਈ? ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ, ਬਣਦੀ ਕਾਰਵਾਈ ਕੀਤੀ ਜਾਵੇ ਜਿਹੜੀ। ਕੀ ਨਾਂ ਤੁਹਾਡਾ ਅਤੇ ਜਿਹੜਾ ਇਹ ਮੁੰਡੇ ਦੀ ਡੈਥ ਹੋਈ ਉਹਦੇ ਬਾਰੇ ਕੀ ਕਹਿਣਾ ਤੇਰੇ? ਮੇਰਾ ਨਾਮ ਕਰਨਦੀਪ ਸਿੰਘ ਹੈ ਅਤੇ ਉਹ ਮੁੰਡੇ ਦੀ ਡੈਥ ਹੋ ਮੇਰਾ ਤਾਏ ਦਾ ਮੁੰਡਾ ਹੈ ਸੀ ਜੀ। ਅਸੀਂ ਇਕੱਠੇ ਬੈਠੇ ਸੀ ਜੀ, ਉਹ ਸਾਡੇ ਨੂੰ ਵੱਖਰਾ ਹੋ ਗਿਆ ਸੀ ਵੀ ਇਹ ਉਹ ਦੂਜੇ ਦਾ ਬਹਿ ਗਿਆ ਸੀ ਅਤੇ ਅਸੀਂ ਇੱਧਰ ਬਹਿ ਗਏ ਸੀ ਜੀ। ਉਹ ਪਤਾ ਨਹੀਂ ਉਹ ਵੱਡਾ ਵੱਕਾ ਜਾਂ ਮਾਰਾ ਸੀ ਜੀ, ਉਹ ਥੱਲੇ ਡਿੱਗ ਪਿਆ ਹੈ ਅਤੇ ਉਹਦਾ ਪਤਾ ਕੋਈ ਨਹੀਂ ਲੱਗਾ ਜੀ। ਇੱਕੇ ਵਾਰੀ ਪਤਾ ਲੱਗਾ ਅਤੇ ਅਸੀਂ ਜੀ ਥੋੜ੍ਹਾ ਜਿਹਾ ਮੱਠਾ ਚੂਲਾ ਹੋਇਆ ਅਤੇ ਅਸੀਂ ਛਾਲ ਮਾਰਤੇ ਜੀ। ਮੈਂ ਚੱਕ ਤੇ ਅਸੀਂ ਲੈ ਗਏ ਦੋ ਤਿੰਨ ਜਣੇ ਅਤੇ ਉੱਥੋਂ ਰਾਹ 'ਚੋਂ ਟੈਕਸੀ ਆਈ ਅੱਗੂ, ਉਹਨੂੰ ਮੈਂ ਮਿੰਟ ਕੀਤੀ, ਉਹ ਜੀ ਸ਼ਹਿਰ ਲਿਆਂਦੀ ਸੀ ਅਤੇ ਸ਼ਹਿਰ ਅੱਗੂ ਵੀ ਉਹਨੇ ਨੂੰ ਉੱਥੇ। ਮੇਲਾ ਕਿੰਨਾ ਵੱਲੋਂ ਲਵਾਇਆ ਗਿਆ ਸੀਗਾ? ਮੇਲਾ ਇਹ ਕਮੇਟੀ ਵਾਲੇ ਮੇਲੇ ਮਹਿਲ ਪਰਿਵਾਰ 'ਚ ਝੂਟੇ ਤੋਂ ਡਿੱਗਣ ਦੇ ਕਾਰਨ ਮੁੰਡੇ ਦੀ ਡੈਥ ਹੋਈ ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਝੂਲੇ ਤੋਂ ਡਿੱਗਣ ਕਰਕੇ ਕੱਲ੍ਹ ਕਹਿੰਦੇ ਸਾਢੇ ਕੁ 4 ਵਜੇ ਕੋਈ ਬੱਚਾ ਝੂਲੇ ਤੋਂ ਡਿੱਗ ਗਿਆ ਸੀ।
ਤੇ ਉੱਥੋਂ ਦੇ ਪੇਰੈਂਟਸ ਜਿਹੜੇ ਉਹਨੂੰ ਗਾਂਧੀ ਹਸਪਤਾਲ ਲੈ ਕੇ ਆਏ ਆ ਜਿੱਥੇ ਉਹਦੀ ਡੈਥ ਡਿਕਲੇਅਰ ਹੁੰਦੀ ਕਿ ਉਹ ਬੰਦੇ ਜਿਹੜੇ ਅਨਪੜ੍ਹ ਹੋਣ ਕਰਕੇ ਬੋਡੀ ਨੂੰ ਭੇਜ ਦਿੰਦੇ ਸਲਾਹ ਦੇ ਨਾਲ ਬੋਡੀ ਆਪਦੇ ਘਰ ਰੱਖੀ ਆ ਜਿਹਨੇ ਉਹਨਾਂ ਨੂੰ ਆਪਦੇ ਰਿਸ਼ਤੇਦਾਰਾਂ ਨੂੰ ਸਲਾਹ ਦੇਣ ਅਤੇ ਇਹ ਮੂਰਤੀ ਦੀ ਬੋਡੀ ਨੂੰ ਲਵਾ ਕੇ ਬੱਚੇ ਦਾ ਕੀ ਨਾਂ ਅਮਨਦੀਪ ਸਿੰਘ ਉਮਰ 16 ਸਾਲ ਬੱਚੇ ਦਾ ਨਾਂ ਹੁਣ ਕੀ ਕਾਰਵਾਈ ਕਰਦੇ ਪਏ ਭਾਈ ਕਾਰਵਾਈ ਉਹ ਬਿਆਨ ਦੇ ਆਧਾਰ ਤੇ ਕੀਤੀ ਜਾਊਗੀ ਜੋ ਕੋਈ ਪਤਾ ਲੱਗਾ ਜੀ ਕਿਹੜੀ ਸੰਸਥਾ ਦੁਆਰਾ ਇਹ ਪਹਿਲਾਂ ਮੇਲਾ ਲੱਗਿਆ ਸੀਗਾ ਇਹ ਪਿੰਡ ਦੇ ਹੀ ਆ ਉੱਥੋਂ ਦੇ ਪ੍ਰਬੰਧਕ ਜਿਹੜੇ ਮੇਲਾ ਲਾਉਂਦੇ ਪਿੰਡ ਤੁਹਾਨੂੰ ਕਿਹਨਾਂ ਨੇ ਜਾਣਕਾਰੀ ਦਿੱਤੀ ਹੈ ਬੱਚੇ ਦੀ ਡੈਥ ਬਾਰੇ ਘਰਦਿਆਂ ਨੇ ਕੀਤੀ ਕਿ ਮੇਲੇ ਪ੍ਰਬੰਧਕ ਨੇ ਦਿੱਤੀ ਨਹੀਂ ਇਹ ਘਰਦਿਆਂ ਨੇ ਦਿੱਤੀ ਅਤੇ ਹੁਣ ਮੇਲੇ ਵਾਲੇ ਭੱਜ ਗਏ ਨੇ ਮੇਲੇ ਵਾਲੇ ਤਾਂ ਨਹੀਂ ਭੱਜਦੇ ਹੁੰਦੇ ਉਹ ਜਿਹੜੇ ਭੋੜੇ ਵਾਲੇ ਭੱਜ ਗਏ ਅੱਛਾ ਹਾਂਜੀ